सत श्री अकाल जी, तुसीं देख रहे हो ए बी पी सांझा ते मैं तुहाडे नाल अमनदीप सिंह। ते जदों पंजाब च खास तौर दे उत्ते जिक्र परल पीड़ितां दा हुंदा है तां इस वक्त असीं विधानसभा हलका समराला दे श्री माछीवाड़ा साहिब दे विच खड़े हां। ते इह उह लोक ने जिन्हां ने परल ग्रुप दे विच अपनी मेहनत मुशक्कत दी कमाई इनवैसट कीती ते अज उडीक है कि उह कमाई इन्हां नूं वापस मिलेगी, वापस इन्हां दे खातियां दे विच आएगी। हालांकि मुख मंत्री भगवंत मान दे वल्लों इन्हां लोकां दा जिक्र कीता गया कि पैसे जिहड़े ਉਹ 20 ਤੋਂ 25 ਦਿਨਾਂ ਦੇ ਅੰਦਰ ਪਰਲ ਗਰੁੱਪ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹਨਾਂ ਨੂੰ ਐਕਵਾਇਰ ਕਰਕੇ ਵਾਪਸ ਦਿੱਤੇ ਜਾਣਗੇ, ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਹਾਲਾਂਕਿ ਇਹਨਾਂ ਲੋਕਾਂ ਨੂੰ ਉਮੀਦ ਹੈ ਕਿ ਬੇਹੱਦ ਲੰਬਾ ਸਮਾਂ ਇਹਨਾਂ ਦੇ ਵੱਲੋਂ ਸੰਘਰਸ਼ ਉਲੀਕਿਆ ਗਿਆ, ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸੰਘਰਸ਼ ਕੀਤੇ ਗਏ, 8-9 ਸਾਲ ਤੋਂ ਲਗਾਤਾਰ ਇਹ ਸੰਘਰਸ਼ ਚੱਲ ਵੀ ਰਿਹਾ ਹੈ, ਪਰ ਇਹ ਜਿਹੜਾ ਪੈਸਾ ਇਹਨਾਂ ਲੋਕਾਂ ਦਾ ਮਿਹਨਤ ਮੁਸ਼ਕਤ ਹੈ ਉਹ ਕਦੋਂ ਵਾਪਸ ਆਏਗਾ? ਪੰਜਾਬ ਭਰ ਦੇ ਵਿੱਚ ਅਜਿਹੇ ਲੋਕਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਜਾ ਰਿਹਾ ਹੈ ਜਿਹੜੇ ਆਪਣੇ ਪੈਸੇ ਦੀ ਉਡੀਕ ਕਰ ਰਹੇ ਨੇ, ਕਿਉਂਕਿ ਇਸ ਵਕਤ ਸਮਰਾਲਾ ਦੇ ਪਿੰਡ ਹੈਡੋਂ ਦੇ ਵਿੱਚ ਅਸੀਂ ਖੜ੍ਹੇ ਹਾਂ ਅਤੇ ਮਾਛੀਵਾੜਾ ਦੇ ਵਿੱਚ ਇਹ ਪਿੰਡ ਜਿਹੜਾ ਪੈਂਦਾ ਹੈ ਅਤੇ ਇੱਥੋਂ ਹੀ ਇਹ ਲੋਕ ਜਿਹੜੇ ਨੇ ਆਪਣੀਆਂ ਪਾਲਿਸੀਆਂ ਲੈ ਕੇ ਪਹੁੰਚੇ ਨੇ। ਹਾਲਾਂਕਿ ਹਰ ਵਾਰ ਉਡੀਕ ਹੁੰਦੀ ਹੈ ਕਿ ਪੈਸਾ ਇਹਨਾਂ ਦਾ ਉਹ ਵਾਪਸ ਇਹਨਾਂ ਨੂੰ ਮਿਲੇਗਾ। ਅਤੇ ਜਦੋਂ ਅਸੀਂ ਜ਼ਿਕਰ ਪਰਲ ਪੀੜਤਾਂ ਦਾ ਕਰਦੇ ਹਾਂ, ਤੁਹਾਡਾ ਕੀ ਨਾਮ ਹੈ ਅਤੇ ਕਿੰਨੇ ਪੈਸੇ ਤੁਹਾਡੇ ਲੱਗੇ ਹੋਏ ਨੇ? ਮੇਰਾ ਨਾਮ ਭਾਗ ਸਿੰਘ ਹੈ ਜੀ, ਪਿੰਡ ਬੈਰਸਾਲ ਕਲਾਂ ਜੀ। 20 ਲੱਖ ਰੁਪਈਆ ਲਾਇਆ ਜੀ ਅਤੇ ਬਹੁਤ ਲਹੂ ਪਸੀਨੇ ਦੀ ਕਮਾਈ ਦਾ ਪੈਸਾ ਲਾਇਆ ਜੀ। ਜਿਹੜੇ ਏਜੰਟ ਸੀ, ਏਜੰਟ ਕਹਿੰਦੇ ਸੀ ਵੀ ਤੁਸੀਂ ਸਾਨੂੰ ਜਾਣਦੇ ਹਾਂ, ਤੁਸੀਂ ਕਿਸੇ ਪਰਲ ਕੰਪਨੀ ਨੂੰ ਨਹੀਂ ਜਾਣਦੇ ਹੈਗੇ, ਜੇ ਪਰਲ ਕੰਪਨੀ ਇੱਧਰ ਉੱਧਰ ਹੁੰਦੀ ਹੈ ਤਾਂ ਅਸੀਂ ਪੈਸੇ ਤੁਹਾਨੂੰ ਦਊਂਗੇ, ਠੀਕ ਹੈ। ਏਜੰਟ ਵੀ ਸਾਥ ਛੱਡ ਗਏ, ਏਜੰਟ ਵੀ ਕਹਿ ਦਿੰਦੇ ਹੈ ਵੀ ਪੁਲਿਸ ਨੂੰ ਫੋਨ ਕਰੀ ਜਾਂਦੇ ਹੈ, ਸਾਨੂੰ ਤੰਗ ਕਰਦੇ ਹੈ, ਨਾਲੇ ਉਹਨਾਂ ਨੇ ਪੈਸਾ ਕਮਾ ਲਿਆ, ਕਮਿਸ਼ਨ ਲੈ ਲਿਆ। ਇੱਕ ਮਾਛੀਵਾੜਾ ਸਾਹਿਬ ਦੇ ਨਾਲੇ ਸੀ, ਡਾਇਰੈਕਟਰ ਬਣਿਆ ਹੋਇਆ ਸੀ, ਲਾਲੀ ਕਹਿੰਦਾ ਸੀ ਵੀ ਮੈਨੂੰ ਡਾਇਰੈਕਟਰ ਬਣਾਇਆ, ਮੈਂ ਪਰਲ ਵਾਲਿਆਂ ਦੀ ਭਤੀਜੀ ਨੂੰ ਵਿਆਹਿਆ ਹੋਇਆ, ਸਖੀ ਨੂੰ, ਅਤੇ ਨਿਰਮਲ ਭੰਗੂ ਸਾਹਿਬ ਦੀ ਸਖੀ ਭਤੀਜੀ ਹੈ ਵੀ 16 ਲੱਖ ਰੁਪਈਆ ਮੈਨੂੰ ਕਹਿੰਦਾ ਵੀ ਕਮਿਸ਼ਨ ਮਿਲਦਾ, 4 ਲੱਖ ਰੁਪਈਆ ਮੇਰੇ ਖਾਤੇ ਦੇ ਵਿੱਚ ਆਉਂਦਾ, 4 ਲੱਖ ਮੇਰੀ ਘਰਵਾਲੀ ਦੇ ਆਉਂਦਾ, 4-4 ਲੱਖ ਰੁਪਈਆ ਕਹਿੰਦਾ ਮੇਰੇ ਮੁੰਡਿਆਂ ਦੇ ਨਾਂ 'ਤੇ ਆਉਂਦਾ। ਅਸੀਂ ਕਿਹਾ ਠੀਕ ਹੈ। ਫਿਰ ਤੁਸੀਂ ਕਹਿੰਦਾ ਵੀ ਸਾਰੀ ਜਿੰਨੀ ਟੀਮ ਹੈ, ਸਾਰੀ ਟੀਮ ਦੇ ਉੱਤੇ ਡਾਇਰੈਕਟਰ ਮੈਂ ਹਾਂ, ਮੈਨੂੰ ਕਮਿਸ਼ਨ ਆਉਂਦਾ। ਅਸੀਂ ਕਿਹਾ ਵੀ ਜੇ ਪੈਸੇ ਕੋਈ ਇੱਧਰ ਉੱਧਰ ਹੋ ਜਾਂਦੇ ਹਾਂ, ਕਹਿੰਦਾ ਮੈਂ ਜ਼ਿੰਮੇਦਾਰ ਹਾਂ। ਹੁਣ ਉਹ ਵੀ ਭੱਜ ਗਿਆ ਤਾਂ ਫਿਰ ਅਸੀਂ ਕਿਹਾ ਵੀ ਇਹ ਟੀਮ ਕਿਹਨੇ ਬੰਦ ਕਰਾਈ ਹੈ? ਉਹ ਕਹਿੰਦਾ ਵੀ ਪੈਸੇ ਤਾਂ ਮਿਲੀ ਜਾਣੇ ਸੀ ਲੋਕਾਂ ਦੇ, ਇਹਨਾਂ ਨੇ, ਸੁਖਬੀਰ ਬਾਦਲ ਨੇ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 16 ਕਰੋੜ ਰੁਪਈਆ ਕਬੱਡੀ ਕੱਪ ਵਾਸਤੇ ਲੈ ਲਿਆ। ਜੇ ਤੇਰੇ ਕੋਲ 16 ਕਰੋੜ ਰੁਪਈਆ ਕਬੱਡੀ ਕੱਪ ਵਾਸਤੇ ਨਹੀਂ ਹੈਗਾ ਸੀ, ਤੂੰ ਸਾਡਾ ਲੋਕਾਂ ਦਾ ਗੰਧ ਹੀ ਚੱਕ ਕੇ ਨਾ ਦੇ। ਅੱਛਾ, ਤੁਹਾਡੇ ਕਿੰਨੇ ਕੋਲ ਪੈਸੇ ਲੱਗੇ ਹੋਏ ਨੇ? ਐਜ਼ ਏ ਏਜੰਟ ਵੀ ਕਰਦੇ ਰਹੇ ਹੋ ਕੰਮ? ਹਾਂਜੀ, ਅਸੀਂ ਕਰਦੇ ਰਹੇ ਹਾਂ, ਤਕਰੀਬਨ 15-20 ਖਾਤੇ ਕਰ ਲਾਏ ਸੀਗੇ ਮੇਰੇ। ਕੁੱਲ ਕਿੰਨੇ ਪੈਸੇ ਤੁਹਾਡੇ ਥਰੂ ਇਨਵੈਸ਼ ਹੋਏ ਨੇ? ਉਹੀ ਹੋਊਗਾ ਜੀ, 7-8 ਲੱਖ ਰੁਪਇਆ ਹੋਊਗਾ ਜੀ। 7-8 ਲੱਖ? ਅੱਛਾ, ਡਬਲ ਕਰਕੇ ਮਿਲਦਾ ਸੀ ਜੇ 7 ਲੱਖ ਜਮ੍ਹਾਂ ਕਰਵਾਉਂਦੇ ਤਾਂ 14 ਲੱਖ ਦੇ ਕਰੀਬ? ਡਬਲ ਡੋਰ ਨਹੀਂ ਤਾਂ ਹੈਗਾ, ਉਹਦੇ 'ਚ ਕੁਛ ਪਰਸੈਂਟ ਹੁੰਦਾ, ਜਿੱਦਾਂ ਵੀ 12 ਜਮ੍ਹਾਂ ਹੋਇਆ ਤਾਂ 15-17 ਮਿਲਣਾ, ਇੱਦਾਂ ਹਿਸਾਬ ਨਾਲ ਹੁੰਦਾ ਸੀਗਾ। ਠੀਕ ਹੈ, ਜਿੱਦਾਂ 23 ਜਮ੍ਹਾਂ ਹੋਇਆ ਤਾਂ ਉਹਦਾ 28 ਮਿਲ ਜਾਣਾ, ਬਸ 25 ਮਿਲ ਜਾਣਾ, ਬਸ ਆਹ ਚੱਕਰ ਸੀਗਾ। ਵੀ ਥੋੜ੍ਹੀ ਇਨਵੈਸਟਮੈਂਟ ਕਿਉਂ ਕੀਤੀ ਸੀਗੀ ਤੁਸੀਂ? ਔਰ ਜੇ ਉਹੀ ਤਾਂ ਇੱਦਾਂ ਸੀਗੇ, ਉਹਦੇ ਸਾਡੇ ਇੱਥੇ ਹੇਡੋਂ ਦਾ ਹੀ ਬੰਦਾ ਸੀਗਾ ਜੀ, ਉਹ ਸਾਨੂੰ ਧੱਕੇ ਨਾਲੇ ਕਹਿੰਦਾ ਤੂੰ ਬੀਮਾ ਕਰ, ਮੈਂ ਕਰਦਾ ਸੀ। ਉਹ ਕਹਿੰਦਾ ਵੀ ਮੇਰੇ ਮਾਸੀ ਦਾ, ਮੇਰੇ ਮਾਸੜ ਸਹੁਰਾ, ਉਹ ਮਾਸੜ ਸਹੁਰਾ ਕਹਿੰਦਾ ਵੀ ਜੇ ਕੱਲ੍ਹ 19 ਕੀ ਗੱਲ ਹੋਊਗੀ ਤਾਂ ਮੈਂ ਜ਼ਿੰਮੇਵਾਰ ਹੋਊਂਗਾ, ਜਿਹੜਾ ਹੁਣ ਘਰ ਅੰਦਰ ਵੜ ਕੇ ਬੈਠਾ ਆ ਅਤੇ ਉਹ ਅੰਦਰੋਂ ਨਿਕਲ ਕੇ ਨਹੀਂ ਆਇਆ, ਹੁਣ ਅੰਦਰ ਵੜ ਕੇ ਬੈਠਾ ਆ, ਜਾਂ ਤਾਂ ਜ਼ਿੰਮੇਵਾਰ ਚੱਕਦਾ। ਹੁਣ ਜੇ ਉਹਨੂੰ ਕਿਹਾ, ਕਹਿੰਦਾ ਜੀ ਹੁਣ ਉਹਨਾਂ 'ਤੇ ਮੁਸੀਬਤ ਪਈ ਆ, ਹੁਣ ਮੈਂ ਉਹਨਾਂ ਕੋਲ ਆਹ ਕੰਮ ਜਾਊਂ। ਮੈਂ ਕਿਹਾ ਵੀ ਤੂੰ ਪਹਿਲਾਂ ਦੇਖ ਕੇ ਆਪਣਾ ਕਰਦਾ ਕੰਮ, ਜੇ ਆਪਣਾ ਨਹੀਂ ਤੈਨੂੰ ਪਤਾ ਪਹਿਲਾਂ ਤੂੰ ਦੇਖ ਲੈਂਦਾ ਵੀ ਦੇਖ ਕੇ ਉਸ ਹਿਸਾਬ ਨਾਲ ਕੰਮ ਕਰਦਾ, ਕਿਉਂ ਸਾਡੇ ਨਾਲ ਪਹਿਲਾਂ ਫਸਾਏ? ਹੁਣ ਉਹਦੇ ਬਾਅਦ ਹੁਣ ਤਾਂ ਆਪ ਤਾਂ ਨਿਕਲਦਾ ਨਹੀਂ ਬਾਹਰ, ਹੁਣ ਜਾਂਦੇ ਹਾਂ ਜਿੱਥੇ, ਹੁਣ ਕੁਛ ਵੀ ਪਰਲੇ, ਹੁਣ ਤਾਂ ਚੁੱਪ ਕਰੇ ਬੈਠੇ ਤੇ ਹੁਣ ਵੀ। ਅੱਛਾ ਮਾਤਾ ਜੀ, ਤੁਹਾਡਾ ਕੀ ਨਾਮ ਹੈਗਾ? ਤੁਹਾਡੇ ਕੁੱਲ ਕਿੰਨੇ ਪੈਸੇ ਲੱਗੇ ਹੋਏ ਨੇ? ਸਾਡੇ ਤਾਂ 240 ਵਾਲੀ ਕਿਸ਼ਤ ਸੀ ਜੀ। 240? ਹਾਂਜੀ। ਕੁੱਲ ਕਿੰਨੇ ਪੈਸੇ ਲੱਗੇ ਹੋਏ ਨੇ? ਕੁੱਲ ਤਾਂ ਵੀਰੇ ਹੁਣ ਮੈਨੂੰ ਪਤਾ ਨਹੀਂ ਇੰਨਾ, ਕਿੰਨੇ ਜੋ ਕਰਵਾਈ ਸੀ ਮੈਂ ਦੇਖ ਰਿਹਾ 2011 ਦੀ ਰਹਿੰਦਾ ਹੈ ਮੈਨੂੰ, ਮੈਂ 3 ਸਾਲ ਦਾ ਰਹਿੰਦਾ ਤਾਂ ਪੂਰਾ ਹੁਣ। ਪਰਿਵਾਰ ਕੀ ਕੰਮ ਕਰਦਾ ਤੁਹਾਡਾ ਜਦੋਂ ਇਹ ਤੁਸੀਂ ਪੈਸੇ ਇਨਵੈਸਟ ਕੀਤੇ ਸੀ? ਦਿਹਾੜੀ ਦਾ ਪਾਈ ਤੇ ਜੀ। ਦਿਹਾੜੀ ਕਰ? ਹਾਂਜੀ, ਦਿਹਾੜੀ ਦਾ ਪਾ, ਬੱਚੇ ਛੋਟੇ ਛੋਟੇ ਤੇ, ਜੇ ਜਮੇ ਛੋਟੇ ਘਰ ਦੇ ਆਏ ਬਿਮਾਰ ਤੇ, ਬਹੁਤ ਜ਼ਿਆਦਾ ਬਿਮਾਰ ਤੇ ਉਸ ਟਾਈਮ, ਜਿਹੜੇ ਟਾਈਮ ਇਹ ਬੀਮਾ ਹੋਇਆ ਤਾਂ। ਹਾਂਜੀ, ਬਸ। ਤੁਹਾਡਾ ਕੀ ਨਾਮ ਹੈ ਜੀ? ਸੱਤਿਆਦੇਵੀ। ਸੱਤਿਆਦੇਵੀ, ਸੱਤਿਆਦੇਵੀ ਜੀ, ਤੁਹਾਡੇ ਕੋਲ ਕਿੰਨੇ ਪੈਸੇ ਲੱਗੇ ਹੋਏ ਨੇ? ਨਹੀਂ ਤੇ ਇਸ ਕਰਕੇ ਕਾਫੀ ਚਿਰ ਹੋ ਗਿਆ ਸਾਨੂੰ ਇਹ ਦੇਖਦਿਆਂ ਨੂੰ, ਤੇ ਅੱਜ ਹੁਣ ਪਤਾ ਲੱਗਿਆ ਤਾਂ ਅਸੀਂ ਤੁਹਾਡੇ ਕੋਲ ਪਹੁੰਚੇ। ਕਿੰਨੀ ਉਮਰ ਹੈ ਤੁਹਾਡੀ? ਮੇਰੀ ਉਮਰ ਤਾਂ ਹੋ ਗਈ 72 ਸਾਲ ਦੀ। 72? ਹਾਂਜੀ।
ਅੱਛਾ ਜਦੋਂ ਪੈਸੇ ਤੁਸੀਂ ਕਿਹੜੇ ਸੰਦ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਮੇਰੇ ਹੁਣ ਪੁੱਤਾਂ ਦਾ ਖਿਆਲ ਨਹੀਂ ਕਿ ਦੇਖ ਲਿਓ ਪਰ ਲਿਖਿਆ ਸਭ ਕੁਝ ਕਿਉਂ ਮੇਰੇ ਘਰ ਦੀਆਂ ਨੌਕਰਾਏ ਹੋਏ ਆਪਣੀ ਦੇ ਅੱਛਾ ਕੀ ਸੋਚ ਕੇ ਪੈਸੇ ਜਮ੍ਹਾਂ ਕਰਵਾਏ ਸੀ ਤੁਸੀਂ ਅਸੀਂ ਸੋਚੀਏ ਵੀ ਚਲੋ ਦੋ ਪੈਸੇ ਇਕੱਠੇ ਹੋਏ ਨੇ ਬੰਦੇ ਨੇ ਇਸ ਕਰਕੇ ਜਮ੍ਹਾਂ ਕਰਾਏ ਤੇ ਹੋਰ ਕਿਸ ਤਰ੍ਹਾਂ ਕਰਾਂ ਬੀਮਾ ਕਰਾਉਂਦਾ ਕੋਈ ਵੀ ਕਰਾਉਂਦਾ ਬੀਮਾ ਹੀ ਸਮਝੋ ਇਹ ਇਸ ਕਰਕੇ ਤਾਂ ਜਮ੍ਹਾਂ ਕਰਾਏ ਕੋਈ ਦੋ ਪੈਸੇ ਵਢੇਪੇ ਵਾਲੇ ਕੰਮ ਆ ਜਾਂਦੇ ਬੇਟਾ ਇਹ ਚੀਜ਼ ਆ ਹੁਣ ਤਾਂ ਕੋਈ ਹੋਰ ਪਾਸੇ ਆਮਦ ਹੈ ਨਹੀਂ ਸਾਨੂੰ ਦਿਹਾੜੀ ਲੱਪਾ ਕਰਦੇ ਹਾਂ ਅਸੀਂ ਵੀ ਸੋ ਗੱਲਬਾਤ ਇਹਨਾਂ ਲੋਕਾਂ ਦੇ ਨਾਲ ਕੀਤੀ ਜਾ ਰਹੀ ਹੈ ਜੋ ਖਾਸ ਤੌਰ ਦੇ ਉੱਤੇ ਪਿਛਲੇ ਕਈ ਸਾਲ ਤੋਂ ਆਪਣਾ ਪੈਸਾ ਵਾਪਸ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਨੇ ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਵਕਤ ਵਿਧਾਨ ਸਭਾ ਹਲਕਾ ਸਮਰਾਲਾ ਦੇ ਵਿੱਚ ਖੜ੍ਹੇ ਹਾਂ ਅਤੇ ਖਾਸ ਤੌਰ ਦੇ ਉੱਤੇ ਮਾਛੀਵਾੜਾ ਦੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਆਪਣਾ ਮਿਹਨਤ ਮੁਸ਼ੱਕਤ ਦਾ ਪੈਸਾ ਪਰਲ ਗਰੁੱਪ ਦੇ ਵਿੱਚ ਇਨਵੈਸਟ ਕੀਤਾ ਬੇਸ਼ੱਕ ਉਸ ਸਮੇਂ ਦੀਆਂ ਸਰਕਾਰਾਂ ਉਸ ਗਰੁੱਪ ਦੇ ਨਾਲ ਸੀ ਹਮਾਇਤ ਹੁੰਦੀ ਰਹੀ ਹੈ ਪਰ ਅੱਜ ਸਵਾਲ ਸੂਬੇ ਦੀ ਮਾਨ ਸਰਕਾਰ ਤੋਂ ਹੈ ਕਿ ਇਹਨਾਂ ਗਰੀਬ ਲੋਕਾਂ ਦੀ ਗੱਲ ਕਦੋਂ ਹੋਏਗੀ ਇਹਨਾਂ ਦਾ ਪੈਸਾ ਇਹਨਾਂ ਦੇ ਖਾਤਿਆਂ 'ਚ ਕਦੋਂ ਪਹੁੰਚੇਗਾ ਕਿਉਂਕਿ ਜਦੋਂ ਅਸੀਂ ਸਮਰਾਲਾ ਦਾ ਜ਼ਿਕਰ ਕਰਦੇ ਹਾਂ ਤਾਂ ਇੱਥੋਂ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਜੇਤੂ ਰਹੇ ਸਨ ਅੱਛਾ ਜਦੋਂ ਜ਼ਿਕਰ ਤੁਹਾਡਾ ਕਰਦੇ ਹਾਂ ਤੁਸੀਂ ਮਿਹਨਤ ਮੁਸ਼ੱਕਤ ਦੇ ਨਾਲ ਆਪਣੀ ਜਿਹੜੀ ਕਮਾਈ ਹੈ ਉਹ ਇਨਵੈਸਟ ਕੀਤੀ ਹੈ ਮਾਤਾ ਜੀ ਨਾਮ ਕੀ ਹੈ ਤੁਹਾਡਾ ਜਗਿੰਦਰ ਕੌਰ ਜਗਿੰਦਰ ਕੌਰ ਜੀ ਕਿੰਨਾ ਇਹ ਜਿਹੜੀਆਂ ਮੈਂ ਪਾਲਿਸੀਆਂ ਦੇਖ ਰਿਹਾ ਇਹ ਕਿੰਨਾ ਪੈਸਾ ਤੁਸੀਂ ਇਨਵੈਸਟ ਕੀਤਾ ਸੀ ਤੁਹਾਡੇ ਪਰਿਵਾਰ ਦੇ ਵੱਲੋਂ ਜਾਂ ਤੁਸੀਂ 30,000 ਤਾਂ ਮੈਂ ਇਕੱਠਾ ਕਰਾਇਆ ਆਪਣੇ ਪੋਤੇ ਦੇ ਨਾਮ ਫਿਰ ਬਾਕੀ ਮੇਰੀਆਂ ਚੱਲਦੀਆਂ ਤੀਆਂ ਇਹ 200 ਰੁਪਈਆ ਕਰਾ ਦਿੱਤੀ ਜਮਾਂ 230 ਰੁਪਈਏ ਤੇ ਹੁਣ ਉਹਨਾਂ ਨੇ ਫਿਰ ਮੁੜ ਕੇ ਬੰਦ ਕਰਤੀ ਸਾਰਾ ਕੁਛ ਸਾਡਾ ਬੰਦ ਹੋ ਗਿਆ ਹੁਣ ਅੱਛਾ ਹੁਣ ਤੱਕ ਜਿਵੇਂ 2011 ਦਾ ਤੁਸੀਂ ਪਾਲਿਸੀ ਸੀ ਕਰਵਾਈ ਸੀਗੀ ਕੀ ਸੋਚ ਕੇ ਕਰਵਾਇਆ ਸੀ ਵੀ ਹਾਂ ਭਵਿੱਖ ਦੇ ਲਈ ਕਿਹੜੇ ਸੁਪਨੇ ਤੁਸੀਂ ਸੰਜੋਏ ਸੀਗੇ ਮੈਂ ਆਪਣੇ ਪੋਤੇ ਤੇ ਸੋਚਦੀ ਪਈ ਦੀ ਕੋਈ ਪੜ੍ਹਾਈ ਲਿਖਾਈ ਹੋ ਜੂ ਵਧੀਆ ਉਹ ਹੋ ਜੂਗਾ ਉਸ ਕਰਕੇ ਮੈਂ ਕਰਾਇਆ ਸੀ ਅੱਛਾ ਹੁਣ ਤੱਕ ਆਪਣਾ ਪੈਸਾ ਵਾਪਸ ਕਰਵਾਉਣ ਦੇ ਲਈ ਕਿੱਥੇ ਕਿੱਥੇ ਗਏ ਹੋ ਪੁੱਤ ਮੈਂ ਤਾਂ ਘਰੇ ਬੈਠੀ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇੱਕ ਮੇਰਾ ਮੁੰਡਾ ਹੈ ਇੱਕ ਮੈਂ ਇੱਕ ਪੋਤਾ ਇੱਕ ਨੂੰਹ ਹੈ ਕਮਾਈ ਦਾ ਸਾਧਨ ਕੀ ਹੈ ਕੋਈ ਕਮਾਈ ਨਹੀਂ ਹੈਗੀ ਬਹੂ ਕਰਦੀ ਹੈ ਮਾੜਾ ਮੋਟਾ ਉਹ ਆਪਣਾ ਸਾਧਨ ਅਸੀਂ ਤੋਰਦੇ ਹਾਂ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਿਮਲਾ ਰਾਣੀ ਕਿੰਨੇ ਪੈਸੇ ਤੁਹਾਡੇ ਜਮ੍ਹਾਂ ਹੋਏ ਨੇ ਕੁੱਲ ਸਾਡੇ ਪਹੁੰਚ ਹੀ ਗਏ 14-15,000 ਤਾਂ ਹੋਊਗਾ 14-15,000 ਕਿਹੜੇ ਸੰਦ ਦੇ ਵਿੱਚ ਪਾਲਿਸੀ ਕਰਵਾਈ ਸੀ 2012 ਦੇ ਵਿੱਚ 14-15,000 ਇਨਵੈਸਟ ਕੀਤਾ ਸੀ ਤੁਸੀਂ ਕਿਵੇਂ ਕੀ ਸੋਚਿਆ ਇਹ ਪਰਲ ਗਰੁੱਪ ਦੇ ਵਿੱਚ ਜਿਹੜੀ ਤੁਸੀਂ ਨਿਵੇਸ਼ ਕੀਤਾ ਸੀਗਾ ਬਸ ਕੁਛ ਨਹੀਂ ਸੋਚਿਆ ਤਾਂ ਬਸ ਬੀਮਾ ਕਰਾ ਦਿੱਤਾ ਹਾਂਜੀ ਬਸ ਇਹੋ ਸੀਗਾ ਵੀ ਚਲੋ ਕੋਈ ਜੁੜ ਜਾਣਗੇ ਇੱਦਾਂ ਪੈਸੇ ਤੇ ਮੁੜ ਕੇ ਬਸ ਉਹਨਾਂ ਨੇ ਵਾਪਸ ਕਰਤੇ ਥੋੜੀਆਂ ਤਾਂ ਪੈਸੇ ਵਾਪਸ ਵੀ ਕਰ ਦਿੱਤੇ ਸੀ ਸਾਡੇ ਤੇ ਕਹਿੰਦੇ ਵੀ ਮਤਲਬ ਹੁਣ ਬੰਦ ਹੋ ਗਏ ਅੱਗੇ ਵੀ ਹੁਣ ਇਹ ਕੰਪਨੀ ਚੱਲਣੀ ਨਹੀਂ ਹਾਂਜੀ ਹੁਣ ਪਤਾ ਲੱਗਾ ਵੀ ਸ਼ਾਇਦ ਮਿਲ ਜਾਣਗੇ ਵਾਪਸ ਉਮੀਦ ਕਰਦੇ ਵੀ ਤੁਹਾਡਾ ਪੈਸਾ ਤੁਹਾਨੂੰ ਮਿਲੇਗਾ ਬਾਪੂ ਜੀ ਕੀ ਨਾਮ ਹੈ ਤੇ ਉਮਰ ਕਿੰਨੀ ਹੈ ਤੁਹਾਡੀ ਰਘਵੀਰ ਸਿੰਘ ਸੈਣੀ ਜੀ ਹਾਂਜੀ ਕਿੰਨੀ ਉਮਰ ਹੈ ਤੁਹਾਡੀ ਪਿੰਡ ਰੋੜ ਮਾਜਰੀ 72 ਸਾਲ 72 ਸਾਲ ਦੀ ਉਮਰ ਹੈ ਇਹ ਜਿਹੜੀ ਪਾਲਿਸੀ ਤੁਸੀਂ ਚੱਕੀ ਹੋਈ ਹੈ ਇਹ ਤੁਹਾਡੀ ਤੁਸੀਂ ਕਰਵਾਈ ਸੀਗੀ ਹਾਂਜੀ ਮੈਂ ਕਿਸੇ ਦੀ ਕਰਵਾਈ ਸੀ ਕਰਵਾਈ ਮੈਂ ਸੀਗੀ ਆ ਸਾਰੇ ਕੋਰਟ ਨੰਬਰ ਸਾਡੇ ਉੱਪਰ ਨੇ ਤੁਸੀਂ ਐਜ਼ ਏ ਏਜੰਟ ਕੰਮ ਕਰਦੇ ਸੀਗੇ ਕੰਮ ਕਰਦੇ ਸੀਗੇ ਤੇ ਜਦ ਕਿ 2001 ਤੋਂ ਬਾਕੀ ਅਸੀਂ ਦਿੱਲੀ ਵੀ ਜਾਇਆ ਚੰਡੀਗੜ੍ਹ ਵੀ ਜਾਇਆ ਖੰਨੇ ਵੀ ਜਾਇਆ ਪਟਿਆਲੇ ਵੀ ਜਾਇਆ ਬਹੁਤ ਜਗ੍ਹਾ 'ਤੇ ਜਾਂਦੇ ਰਹੇ ਹਾਂ ਪਰ ਸਾਨੂੰ ਕਿਸੇ ਨੇ ਸਾਡੀ ਸੁਣੀ ਨਹੀਂ ਹੈਗੀ ਅਤੇ ਬਾਕੀ ਦੀ ਰਹੀ ਗੱਲ ਵੀ ਹੁਣ ਸਰਕਾਰ ਨੇ ਮੰਨਿਆ ਸੀਗਾ ਵੀ ਅਸੀਂ ਪੈਸਾ ਦੇਵਾਂਗੇ ਬੈਂਕ ਵਾਲਿਆਂ ਨੇ ਉਹਨਾਂ ਨੇ ਪ੍ਰੋਪਰਟੀ ਵੇਚ ਲਈ ਪ੍ਰੋਪਰਟੀ ਵੇਚ ਕੇ ਪੈਸੇ ਆਪਣੇ ਕੋਲ ਰੱਖੇ ਹੋਏ ਆ ਜਨਤਾ ਨੂੰ ਦੇ ਨਹੀਂ ਰਹੇ ਜਨਤਾ ਸਾਡੇ ਗੱਲ ਪੈਂਦੀ ਆ ਅਤੇ ਇਸ ਕਰਕੇ ਸਾਡੀ ਜਨਤਾ ਨੂੰ ਜਿੰਨੀ ਵੀ ਹੈਗੀ ਆ ਗਰੀਬ ਜਨਤਾ ਮੈਂ ਆਮ ਆਦਮੀ ਪਾਰਟੀ ਦਾ ਜਨਰਲ ਸਕੱਤਰ ਹਾਂ ਸਮਰਾਲਾ ਦਾ ਅਤੇ ਇਹਨਾਂ ਸਾਰਿਆਂ ਨੂੰ ਜੀ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਕੁਝ ਚੰਗੀ ਤਰ੍ਹਾਂ ਜਿਵੇਂ ਤੁਸੀਂ ਐਡੀ ਦੂਰ ਤੋਂ ਆਏ ਹਾਂ ਅਸੀਂ ਤਾਂ ਇੱਥੇ ਵੱਡਾ ਸਾਰਾ ਇਕੱਠ ਦਿਖਾਉਂਦੇ ਸਾਨੂੰ ਪਤਾ ਹੀ ਸਵੇਰੇ ਲੱਗਿਆ ਅੱਛਾ ਜਿਵੇਂ ਖਾਸ ਤੌਰ 'ਤੇ ਤੁਹਾਡੇ ਪੈਸੇ ਦਾ ਮੈਂ ਜ਼ਿਕਰ ਕਰਾਂ ਕੁੱਲ ਕਿੰਨੇ ਪੈਸੇ ਤੁਹਾਡੇ ਥਰੂ ਇਨਵੈਸਟ ਹੋਏ ਨੇ ਪਰਲ ਗਰੁੱਪ ਦੇ ਵਿੱਚ ਮੇਰੇ ਥਰੂ ਜਿਹੜੇ ਜੀ ਪੈਸੇ ਹੋਏ ਆ ਮੇਰੇ ਬੰਦਿਆਂ ਦੇ ਤਾਂ ਤਕਰੀਬਨ 30,000 ਰੁਪਈਆ ਮੇਰਾ ਤਾਂ ਮੈਂ ਜਨਤਾ ਵਾਸਤੇ ਲੜ ਰਿਹਾ ਹਾਂਜੀ ਇਹ ਬੰਦੇ ਵੀ ਸਾਡੇ ਨੇ ਸਾਰਾ ਮੇਰਾ ਇਲਾਕਾ ਮੇਰਾ ਹੀ ਆ ਇਹ ਖੜ੍ਹੇ ਨੇ ਅਤੇ ਬਾਕੀ ਹੋਰ ਬਹੁਤ ਦੂਰ ਤੱਕ ਹੈਗਾ ਆ ਪਰ ਸਾਰਾ ਤਾਂ ਹੁਣ ਅਸੀਂ ਕੀ ਕਹਿ ਸਕੀਏ ਸਾਨੂੰ ਜੇ ਹਫ਼ਤਾ ਪਹਿਲਾਂ ਲੱਗਦਾ ਅਸੀਂ ਇੱਥੇ ਪੂਰਾ ਮੇਲਾ ਲੱਗਿਆ ਹੁੰਦਾ ਅਜੇ ਤੁਹਾਡਾ ਕੀ ਨਾਮ ਹੈ ਅਤੇ ਇਹ ਜਿਹੜੀਆਂ ਪਾਲਿਸੀਆਂ ਚੱਕੀਆਂ ਹੋਈਆਂ ਕੁੱਲ ਕਿੰਨੇ ਪੈਸੇ ਤੁਹਾਡੇ ਇਨਵੈਸਟ ਨੇ ਨਿਰਮਲ ਸਿੰਘ ਸਰ ਸੀਗਾ ਮੇਰਾ ਪਿੰਡ ਰੈਪਰਵੇਟ ਹੈ ਸਾਡੇ ਹੈਗਾ 50,000 ਰੁਪਇਆ ਜੀ ਅਤੇ ਕਿਸ਼ਤਾਂ ਹਜੇ ਰਹਿ ਗਈਆਂ ਦੀਆਂ ਮਤਲਬ ਪਹਿਲੀ ਬੰਦ ਹੋ ਗਈ ਸੀ ਕੰਪਨੀ ਪਰਲ ਵਾਲੀ ਹਾਂਜੀ ਅਤੇ ਸਾਡੇ ਪੈਸੇ ਹਜੇ ਮਿਲੇ ਨਹੀਂ ਹੈਗੇ ਜੀ
ਤੇ ਅਸੀਂ ਇਹੀ ਸਰਕਾਰ ਨੂੰ ਰੁਗਾਰ ਕਰਦੇ ਹਾਂ ਵੀ ਸਾਡੇ ਪੈਸੇ ਮਿਲ ਜਾਣ ਸਾਰੇ ਜਨਤਾ ਦੇ ਤੇ ਬਸ ਓਕੇ। ਅੱਛਾ ਇਹ ਜਿਹੜੀਆਂ ਪਾਲਸੀਆਂ ਇਹ ਤੁਹਾਡੇ ਪਰਿਵਾਰ ਦੇ ਵੱਲੋਂ ਜਾਂ ਫਾਦਰ ਵੱਲੋਂ ਕਰਵਾਈਆਂ ਸੀ? ਹਾਂਜੀ ਫਾਦਰ ਵੱਲੋਂ ਜੀ। 2009 ਦੇ ਵਿੱਚ ਐਜ਼ ਏ ਏਜੰਟ ਕੰਮ ਕਰਦੇ ਸੀ ਤੁਹਾਡੇ ਪਿਤਾ? ਨਹੀਂ ਪਿਤਾ ਨਹੀਂ ਕੰਮ ਕਰਦੇ ਤੇ ਮਤਲਬ ਕਰਾਈਆਂ ਤੇ ਕਿਸੇ ਕੋਲੋਂ ਜੀ। ਅੱਛਾ ਜੰਟ ਹੋਰ ਤੇ ਜੀ। ਕੁੱਲ ਕਿੰਨੇ ਪੈਸੇ ਸੀਗੇ ਸਾਡੇ? ਕੁੱਲ ਮਤਲਬ ਹੈਗਾ ਜੀ 70,000 ਰੁਪਇਆ ਹੋਣਾ ਜੀ। 70,000 ਤੁਸੀਂ ਇਨਵੈਸਟ ਕਰਵਾਇਆ ਸੀ ਉਸ ਸਮੇਂ 2009 ਦੀ ਮੈਂ ਪਾਲਸੀ ਦੇਖ ਰਿਹਾ। ਅੱਛਾ ਕੀ ਕੰਮ ਕਰਦੇ ਸੀ ਪਰ ਫਾਦਰ ਸਾਹਿਬ ਤੁਹਾਡੇ? ਹਜੇ ਦਿਹਾੜੀ ਮਜ਼ਦੂਰ। ਹਾਂਜੀ ਮਜ਼ਦੂਰ। ਹਾਂਜੀ ਕੀ ਸੋਚ ਸੀਗੀ ਵੀ ਕਿਉਂ ਪੈਸਾ ਉਹਨਾਂ ਦੇ ਵੱਲੋਂ ਇਨਵੈਸਟ ਕੀਤਾ ਗਿਆ? ਮਤਲਬ ਅੱਗੇ ਪੜ੍ਹਾਈ ਲਈ ਅਤੇ ਕਿਤੇ ਕੰਮ ਆ ਜਾਵੇ ਸਾਡੇ। ਹਾਂਜੀ ਦੁੱਗਣਾ ਹੋ ਕੇ। ਤੁਹਾਡਾ ਕੀ ਨਾਮ ਹੈ ਜੀ? ਕ੍ਰਿਸ਼ਨ। ਕ੍ਰਿਸ਼ਨ ਅੱਛਾ ਤੁਹਾਡੇ ਕਿੰਨੇ ਪੈਸੇ ਨਿਵੇਸ਼ ਨੇ? ਮੇਰੀਆਂ ਕਿਸ਼ਤਾਂ ਸਾਰੀਆਂ 12 ਕਹਿੰਦੇ ਬਾਕੀ 2 ਬੀਮੀਆਂ ਪੂਰੇ ਹੋਏ ਹੋਏ ਆ। ਕੁੱਲ ਕਿੰਨੇ ਪੈਸੇ ਨੇ? ਮੇਰਾ ਗਿਆ 2.5 ਲੱਖ ਦਾ ਗੇੜਾ। 2.5 ਲੱਖ ਕੀ ਕੰਮ ਕਰਦੇ ਸੀ? ਦਿਹਾੜੀ ਟੱਪਾ। ਅੱਛਾ ਪੈਸੇ ਕਦੋਂ ਜਮ੍ਹਾਂ ਕਰਵਾਏ? ਕਿਹੜੇ ਸੰਦ ਦੇ ਵਿੱਚ ਕਰਵਾਏ ਸੀ? ਲਿਖਿਆ ਹੋਈ ਆ ਪਰਚੀ ਤੇ ਮੈਂ ਤਾਂ ਅਨਪੜ੍ਹ ਬੰਦਾ ਜੀ ਕਿ ਮੈਂ ਤਾਂ ਆਪਾਂ ਚਾਹੀਦਾ ਇਹ ਪੈਸੇ ਜਮ੍ਹਾਂ ਕਰਾਈ ਗਏ ਮੁੜ ਕੇ ਬੰਦ ਹੋ ਗਈ ਕੰਪਨੀ। ਕਿਉਂ ਕਰਵਾਏ? ਕਿਉਂ ਪੈਸੇ ਜਮ੍ਹਾਂ ਇਕੱਠੇ ਹੋ ਜਾਣਗੇ ਵੀ ਕਿਸੇ ਟਾਈਮ ਆਪਣੇ ਕੰਮ ਆਉਣਗੇ। ਲਾਲਚ ਨੂੰ ਕਰਾਏ ਤੇ ਆਪਣੇ ਨੂੰ ਹੋਰ ਕਿਤੇ ਬਾਤ ਕਰਨ ਦਾ? ਗਰੀਬ ਬੰਦਾ ਇਹੀ ਸੋਚਦਾ ਵੀ 4 ਰੁਪਏ ਇਕੱਠੇ ਹੋਣ ਕਦੇ ਕੰਮ ਆਉਣਗੇ ਮੇਰੇ। ਹੋਰ ਐਡਾ ਬੜਾ ਬਿਜ਼ਨਸ ਹੈ ਨਹੀਂ ਹੈ ਕੋਈ ਗਰੀਬ ਬੰਦੇ ਵਾਸਤੇ। ਦਿਹਾੜੀ ਟੱਪਾ ਕਰਦੇ ਤੇ ਕੁਛ ਇੱਕ ਪੋਲਸੀ ਮੇਰੇ ਨਾਲ ਉਹ ਤੇ ਇੱਕ ਕੁੜੀ ਨਾਲ ਉਹਤੀ ਦੋਵਾਂ ਦੀਆਂ ਕਿਸ਼ਤਾਂ ਪੂਰੀਆਂ ਅਤੇ ਮੇਰੀਆਂ ਸਿਰਫ ਰਹਿੰਦੀਆਂ 12 ਕਿਸ਼ਤਾਂ ਜਦ ਬੰਦ ਹੋ ਗਿਆ ਇਹ ਕੰਪਨੀ ਜਿਹੜੀ ਹੈਗੀ ਉਹ ਬੰਦ ਕਰ ਦਿੱਤੀ। ਹਾਂ ਹਾਂ ਬੰਦ ਕਰਤੀ ਗਈ। ਹੁਣ ਲੱਗਦਾ ਕਿਉਂਕਿ ਕਈ ਸਾਲ ਬੀਤ ਚੁੱਕੇ ਨੇ ਸੰਘਰਸ਼ ਤੁਹਾਡੀ ਇੱਕ ਜਥੇਬੰਦੀ ਹੈ ਇਨਸਾਫ ਦੀ ਆਵਾਜ਼ ਜਾਂ ਤੁਸੀਂ ਲੋਕਾਂ ਨੇ ਹੁਣ ਤੱਕ ਆਪਣੀ ਆਵਾਜ਼ ਚੁੱਕੀ ਹੈ ਲੱਗਦਾ ਵੀ ਹਾਂ ਹੁਣ ਇਸ ਸਾਲ ਜਾਂ ਆਹ 5 ਸਾਲ ਦੇ ਵਿੱਚ ਤੁਹਾਨੂੰ ਪੈਸੇ ਮਿਲ ਜਾਣਗੇ? ਹਾਲਾਂਕਿ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ 20-25 ਦਿਨ 'ਚ ਆ ਜਾਣਗੇ ਸਾਡੇ ਕੋਲੋਂ ਪੈਸੇ ਲਏ ਨੇ ਵੀ ਸਾਨੂੰ ਪੈਸੇ ਦਵਾਵਾਂਗੇ ਮਿਲ ਜਾਣਗੇ ਇਹੀ ਕਹਿ ਰਹੇ ਨੇ। ਜਾਣੀ ਹੋਰ ਆਵਾਜ਼ ਕੋਈ ਨਹੀਂ ਦੇ ਰਹੇ ਹੋ ਵੀ ਪੈਸੇ ਆ ਜਾਣਗੇ ਥੋੜ੍ਹੇ ਲੇਟ ਆਣਗੇ ਇਹੀ ਆਵਾਜ਼ ਉਹਨਾਂ ਦੀ ਬਸ। ਕਿੰਨੀ ਉਮਰ ਹੈ ਤੁਹਾਡੀ? ਮੇਰੀ ਉਮਰ ਤਾਂ ਹੋ ਗਈ 72 ਸਾਲ ਦੀ। 72 ਸਾਲ ਹਾਂਜੀ। ਅੱਛਾ ਜਦੋਂ ਪੈਸੇ ਤੁਸੀਂ ਕਿਹੜੇ ਸੰਦ ਦੇ ਵਿੱਚ ਤੁਹਾਨੂੰ ਯਾਦ ਹੋਏਗਾ? ਮੇਰੇ ਹੁਣ ਪੁੱਤ ਇੰਨਾ ਖਿਆਲ ਨਹੀਂ ਕਿ ਦੇਖ ਲਿਓ ਪਰ ਲਿਖਿਆ ਸਭ ਕੁਛ ਕਿਉਂਕਿ ਮੇਰੇ ਘਰ ਦੀਆਂ ਨੌਕਰਾਏ ਹੋਏ ਆਪਣੀ ਦੇ। ਅੱਛਾ ਕੀ ਸੋਚ ਕੇ ਪੈਸੇ ਜਮ੍ਹਾਂ ਕਰਵਾਏ ਸੀ ਤੁਸੀਂ? ਅਸੀਂ ਸੋਚੀਏ ਵੀ ਚਲੋ 2 ਪੈਸੇ ਇਕੱਠੇ ਹੋਏ ਨੇ ਬੰਦੇ ਨੇ ਇਸ ਕਰਕੇ ਜਮ੍ਹਾਂ ਕਰਾਏ ਤੇ ਹੋਰ ਕਿਸ ਤਰ੍ਹਾਂ ਕਰਾਉਣਾ ਬੀਮਾ ਕਰਾਉਣਾ ਕੋਈ ਵੀ ਕਰਾਉਣਾ ਬੀਮਾ ਹੀ ਸਮਝੋ ਇਹ ਇਸ ਕਰਕੇ ਤਾਂ ਜਮ੍ਹਾਂ ਕਰਾਏ ਕੋਈ 2 ਪੈਸੇ ਬੁਢੇਪੇ ਬਾਰੇ ਕੰਮ ਆ ਜਾਂਦੇ ਬੇਟਾ ਇਹ ਚੀਜ਼ ਆ। ਹੁਣ ਤਾਂ ਕੋਈ ਹੋਰ ਪਾਸੇ ਆਮਦਨ ਹੈ ਨਹੀਂ ਸਾਨੂੰ ਦਿਹਾੜੀ ਲੱਪਾ ਕਰਦੇ ਹਾਂ ਅਸੀਂ ਵੀ। ਸੋ ਗੱਲਬਾਤ ਇਹਨਾਂ ਲੋਕਾਂ ਦੇ ਨਾਲ ਕੀਤੀ ਜਾ ਰਹੀ ਹੈ ਜੋ ਖਾਸ ਤੌਰ ਦੇ ਉੱਤੇ ਪਿਛਲੇ ਕਈ ਸਾਲ ਤੋਂ ਆਪਣਾ ਪੈਸਾ ਵਾਪਸ ਕਰਵਾਉਣ ਦੇ ਲਈ ਸੰਘਰਸ਼ ਕਰ ਰਹੇ ਨੇ। ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਕੀ ਕੰਮ ਕਰਦੇ ਹੋ ਤੁਸੀਂ? ਮਜ਼ਦੂਰੀ ਦਾ ਕੰਮ ਕਰਦਾ। ਮਜ਼ਦੂਰੀ ਦਾ ਕੰਮ ਕਰਦੇ ਹੋ? ਹਾਂਜੀ। ਅੱਛਾ ਜਿਵੇਂ ਆਹ ਵੱਡੀ ਗਿਣਤੀ 'ਚ ਜਿਹੜੇ ਲੋਕ ਨੇ ਇੱਥੇ ਪਹੁੰਚੇ ਨੇ ਆਪਣਾ ਪੈਸਾ ਲੈਣ ਦੇ ਲਈ, ਆਪਣਾ ਪੈਸਾ ਲੈਣ ਦੇ ਲਈ ਵੀ ਸੰਘਰਸ਼ ਕਰਨਾ ਪੈ ਰਿਹਾ, ਇਹਨਾਂ ਦੀ ਹਮਾਇਤ ਦੇ ਵਿੱਚ ਤੁਸੀਂ ਆਏ ਹੋ, ਹੁਣ ਤੱਕ ਬਹੁਤ ਸੰਘਰਸ਼ ਵੀ ਲੜੇ ਹੋਏ ਨੇ। ਠੀਕ ਹੈ ਜੀ, ਮਿਲਣੇ ਚਾਹੀਦੇ ਪੈਸੇ ਇਹਨਾਂ ਨੂੰ ਜੀ। ਜਿਵੇਂ ਹੁਣ ਤੱਕ ਦਾ ਸੰਘਰਸ਼ ਦਾ ਜ਼ਿਕਰ ਕਰੀਏ ਇਨਸਾਫ ਦੀ ਆਵਾਜ਼ ਜਥੇਬੰਦੀ ਦੇ ਵੱਲੋਂ, ਕੀ ਕਿੱਥੇ ਕਿੱਥੇ ਤੱਕ ਤੁਸੀਂ ਸੰਘਰਸ਼ ਕੀਤਾ? ਦਿੱਲੀ ਦਾ ਤੁਸੀਂ ਜ਼ਿਕਰ ਕੀਤਾ, ਪੰਜਾਬ ਦੇ ਵਿੱਚ ਕਿੱਥੇ ਕਿੱਥੇ ਤੱਕ ਸੰਘਰਸ਼ ਰਿਹਾ ਤੁਹਾਡਾ? ਪੰਜਾਬ ਦੇ ਵਿੱਚ ਜੀ ਅੰਮ੍ਰਿਤਸਰ ਵੀ ਗੇਲਾ ਆਈਆਂ ਸੀ ਅਤੇ ਬਾਕੀ ਪਹਿਲੀਆਂ ਤਾਂ ਲੁਧਿਆਣੇ ਦੇ ਵਿੱਚ ਰੇਲਾਂ ਰੋਕੀਆਂ ਜੀ ਅਤੇ ਪ੍ਰਧਾਨ ਜੀ ਨੇ ਫੋਨ ਕੀਤਾ, ਫਿਰ ਦਿੱਲੀ ਦੇ ਵਿੱਚ ਜਾ ਕੇ ਅਤੇ ਆਪਣੇ ਜੰਤਰ ਮੰਤਰ 'ਤੇ ਜਾ ਕੇ ਧਰਨਾ ਲਾਇਆ, ਮੋਦੀ ਦੀ ਕੋਠੀ ਅਸੀਂ ਜਾ ਕੇ ਰੋਕੀ, ਫਿਰ ਅਸੀਂ ਸਾਨੂੰ ਆਪਣੇ 4 ਦਿਨ ਰਹੇ ਅਸੀਂ ਦਿੱਲੀ ਦੇ ਵਿੱਚ, ਮੈਂ ਵੀ ਨਾਲ ਅਤੇ ਗਿਆਨੀ ਜੀ ਵੀ ਸਾਡੇ ਨਾਲ ਹੀ ਸੀ ਅਤੇ ਉੱਧਰ ਫਿਰ ਜਦੋਂ ਦੇਖਿਆ 27 ਸੂਬਿਆਂ ਦਾ ਇਕੱਠ ਸੀ ਸਾਡੇ ਨਾਲ, ਪੰਜਾਬ ਦੇ ਪ੍ਰਧਾਨ ਬਣਾਏ ਹੋਏ ਆ 27 ਸੂਬਿਆਂ ਨੇ ਹੀ ਮਹਿੰਦਰਪਾਲ ਸਿੰਘ ਦਾਨਗੜ੍ਹ ਨੂੰ ਪ੍ਰਧਾਨ ਜੀ ਬਣਾ ਤਾ। ਉਹ ਕਹਿਣ ਲੱਗੇ ਕਹਿੰਦੇ ਵੀ ਜਦ ਤੁਗਲਕ ਥਾਣੇ ਦੇ ਵਿੱਚ ਗ੍ਰਿਫਤਾਰੀਆਂ ਦੇਣ ਗਏ ਇੰਨੀ ਦੁਨੀਆ ਪਹੁੰਚ ਗਈ, ਜਨਾਨੀਆਂ ਬੰਦੇ ਲੋਕ ਰੋਣ ਪਿੱਟਣ ਵੀ ਸਾਡਾ ਪੈਸਾ ਬਹੁਤ ਮਰ ਗਿਆ, ਸਾਨੂੰ ਇਨਸਾਫ ਨਹੀਂ ਮਿਲਦਾ ਹੈਗਾ। ਅਤੇ ਫਿਰ ਉਹਨਾਂ ਨੇ ਪੁਲਿਸ ਵਾਲਿਆਂ ਨੇ ਦੇਖ ਕੇ ਥਾਣਾ ਭਰ ਗਿਆ, ਤਿਲ ਸਿੱਟਣ ਦੀ ਜਗ੍ਹਾ ਨਹੀਂ, ਜਿੱਥੇ 543 ਸੀਟਾਂ ਸੰਸਦ ਭਵਨ ਹੈ ਉੱਥੇ ਤੁਗਲਕ ਥਾਣਾ। ਫਿਰ ਉਹਨਾਂ ਨੇ 2 ਫਾਈਲਾਂ ਦੇ ਐਡੇ ਐਡੇ ਕਾਗਜ਼ ਲਿਆ ਅਤੇ ਇਕੱਲੇ ਇਕੱਲੇ ਦੇ ਕੋਲ 'ਤੇ ਮੋਬਾਈਲ ਨੰਬਰ ਅਤੇ ਪਿੰਡ ਅਤੇ ਐਡਰੈਸ ਲਿਖ ਕੇ ਸਾਨੂੰ ਘਰਾਂ ਨੂੰ ਤੋਰਤਾ, ਜਾਓ ਘਰਾਂ ਨੂੰ। ਉਹਨਾਂ ਨੇ ਆਹ ਕੁਛ ਕੀਤਾ, ਪਹਿਲਾਂ ਕਹਿੰਦੇ ਅਸੀਂ ਅੰਦਰ ਬੰਦ ਕਰਦੇ, ਅਸੀਂ ਕਿਹਾ ਵੀ ਅੰਦਰ ਬੰਦ ਕਰ ਦਿਓ ਤਾਂ ਅੰਦਰ ਜਾਣ ਨੂੰ ਤਿਆਰ ਹੈ, ਗੋਲੀਆਂ ਖਾਣੇ ਨੂੰ ਤਿਆਰ ਹੈ, ਭਾਵੇਂ ਸਾਨੂੰ ਗੋਲੀਆਂ ਮਾਰ ਦਿਓ, ਠੀਕ ਹੈ। ਸਾਡੇ ਨਾਲ ਦੀ ਦੁਨੀਆ ਜਿਹਨਾਂ ਨੇ ਪਰਲ ਕੰਪਨੀ ਪੈਸੇ ਮਿਲਣੇ ਚਾਹੀਦੇ, ਜਿਹਨਾਂ ਨੂੰ ਪਰਲ ਕੰਪਨੀ ਦੇ ਵਿੱਚ ਪੈਸੇ ਲੈਣੇ ਅਤੇ ਬੰਦੇ ਮਰ ਵੀ ਗਏ। ਸਾਨੂੰ ਦਿੱਤਾ ਸੀ ਪੰਜਾਬੀ ਆਦਮੀ ਜੀ ਇੱਕ ਆਪਣੇ ਇਹਦੇ ਵਿੱਚ ਲਾਲਚ ਲੱਗ ਗਿਆ ਬੀਮੇ ਦਾ,
इन्हां ने पंजाबी किताबां छपातियां, पंजाबी आदमी किताब छप के पढ़ के विश्वास कर लैंदा, कहिंदे वी बंदे दा पैर चक्के दा भरोसा नहीं, एक अंग ते सट वज गई इन्ने पैसे, दूए ते वज गई इन्ने पैसे, तीए ते वज गई इन्ने, चौथे ते वज गई इन्ने, जे मौत हो जाती है तां असीं बीमा फ्री दऊंगे, जिन्हें जिवें बैंकां दे विच डाकखानियां दे विच पैसे जमा करवाउंदे आ ते तुसीं इदां जमा कराओ पैसे, जिवें आपां नूं 6.5 साल बाद बैंक दे विच पैसे मिलदे ते डाकखाने च मिलदे, ते इस उस हिसाब दे नाल लोकां ने टाइम है सारिया ने एक दूए की रीस के एजेंट छड़ते जनानिया बंदे उन्हें एजेंटा 9500 करोड़ रुपया कमीशन का देता, एजेंटा ने अपनी कोठियां बना लिया, प्लाट ले ले, गड्डिया ले लिया, हुण एजेंट कहने भी असी थोड़ी मदद भी नहीं करनी, थोड़ा पैसा डुबदा डुब जाए तो असी थोड़ी मदद भी नहीं, एजेंट घर बैठे हैं। पहला मेरी मेरी तो बेनती यही है भी साढ़े गरीबा का पैसा मिल जाए, एजेंटा ने भी फट के नाल घड़ीसो। गुरमीत सिंह जी, गुरमीत सिंह, अच्छा गुरमीत जी तुसी भी पैसे अपने जमा करवाए सी इस कंपनी दे विच जी? ने हाँ जी, मम्मी जी करवाउंदे सीगे, मेरे मम्मी जी हुण इस टाइम डैथ हो चुकी है जी, ठीक है, मम्मी जी करवाउंदे सीगे, मान लो अगला भविख वास्ते करवाउंदा जी। तुहाडी किन्नी उम्र है? मेरी 33 साल जी। 33 साल, अच्छा कदों ये पॉलिसी तुसी करवाई सी तुहाडे मदर ने? मेरी मम्मी ने 2002 च कराई सी जी, तुहाडे लई तुहाडे भविख दे लई करवाई होई सी, मान लो मेरी भैण वास्ते, ठीक है, विआह करन वास्ते, ठीक है, इही हुंदा बच्चां दा पढ़ाई लिखाई वधिया विआह होए, ठीक है, इहदे वास्ते कराई सी, 2,80,000 रुपया जमा आया जी, ठीक है, ते बार किन्ना सी तुहानूं कुल जमा? वो कहिंदे सीगे जी इहदा 2,80,000 रुपया जमा हो गया, 1 लाख दे करीब मिलना होएगा, दुगना कहिंदे सी देवांगे जी, ताईं 2,80,000 रुपया जमा सीगा जी, हो गया सीगा, ते बाद चो कोई ਕੋਈ ਕਾਗਜ਼ ਇੱਦਾਂ ਹੀ ਆ, ਕੁਛ ਵੀ ਨਹੀਂ, ਕਾਗਜ਼ ਹੀ ਪਏ ਨੇ ਜੀ। ਤੁਹਾਡੇ ਕੋਲ ਤੁਹਾਡੀਆਂ ਪਾਲਿਸੀਆਂ ਹੈਗੀਆਂ ਹਜੇ ਵੀ? ਪਈਆਂ ਨੇ ਜੀ, ਤਾਂ ਕਰ ਪਾਲਿਸੀਆਂ ਕਰਨੀਆਂ ਨੇ, ਹੁਣ ਮੰਮੀ ਵੀ ਨਹੀਂ ਰਹੇ ਤੇ ਪੈਸੇ ਦਾ ਤਾਂ ਕੀ ਉਮੀਦ ਆ, ਠੀਕ ਆ, ਉਦੋਂ ਦਾ ਤਾਂ ਕੁਛ ਵੀ ਨਹੀਂ ਕੀਤਾ ਜੀ। ਜਿਹਨੇ ਪੈਸੇ ਤੁਹਾਡੇ ਭਵਿੱਖ ਦੇ ਲਈ ਕਰਵਾਏ ਉਹ ਵੀ ਨਹੀਂ ਰਿਹਾ, ਤੇ ਅੱਜ ਤੁਸੀਂ ਬੇਸ਼ੱਕ ਉਮੀਦ ਹੈਗੀ ਆ ਵੀ ਚਲੋ ਪੈਸਾ ਮਿਲੇਗਾ, ਕਿਉਂਕਿ ਉਹਨਾਂ ਨੇ ਮਿਹਨਤ ਮੁਸ਼ਕਤ ਦੇ ਨਾਲ ਜੋੜਿਆ ਸੀਗਾ ਤੁਹਾਡੇ ਲਈ। ਅੱਜ ਤੱਕ ਦਿਹਾੜੀਆਂ ਕੀਤੀਆਂ ਨੇ, ਠੀਕ ਹੈ, ਦਿਹਾੜੀਆਂ ਕਰਦੇ ਸੀਗੇ, ਦਿਹਾੜੀਆਂ ਕਰ ਕਰਕੇ ਪੈਸਾ ਜਮ੍ਹਾਂ ਕਰਕੇ ਇਹਦੀ ਇੱਦਾਂ ਹੀ ਪੈਸਾ ਜਮ੍ਹਾਂ ਕਰਿਆ ਹੋਇਆ ਜੀ, ਠੀਕ ਹੈ, ਤੇ ਹੁਣ ਅੱਜ ਅਗਲਾ ਆਪਣੇ ਮੈਨੂੰ ਭਵਿੱਖ ਵਾਸਤੇ ਹੁੰਦਾ ਜੀ, ਅਗਲਾ ਕਹਿੰਦਾ ਵੀ ਬੱਚਿਆਂ ਦੇ ਭਵਿੱਖ ਵਾਸਤੇ, ਮੰਨ ਲਓ ਮੈਂ ਵੀ ਆ ਭਵਿੱਖ ਵਾਸਤੇ ਕਰਾਉਂਦਾ ਆ, ਤੇ ਅੱਜ ਜੇ ਬੱਚਿਆਂ ਨੂੰ ਕੀ ਆ, ਕੁਛ ਵੀ ਨਹੀਂ ਮਿਲ ਰਿਹਾ, ਠੀਕ ਹੈ ਜੀ, ਕੁਛ ਵੀ ਨਹੀਂ, ਕੋਈ ਹੱਲ ਨਹੀਂ ਹੋਇਆ, ਕੁਛ ਨਹੀਂ ਜੀ, ਉਹੀ ਗੱਲਾਂ ਵੀ ਧਰਨੇ ਧੁਰਨੇ ਸਭ ਕੁਛ ਦਿੱਤੇ ਆ ਜੀ, ਪਹਿਲਾਂ ਜਮ੍ਹਾਂ ਕਰਾ ਲਈਆਂ, ਠੀਕ ਹੈ ਜੀ, ਉੱਥੇ ਲੋਕ ਗਰੀਬ ਨੇ ਇਸ ਕਰਕੇ ਨਹੀਂ ਸੁਣੀ ਜਾਂਦੀ ਇਹਨਾਂ ਦੀ ਕੀ? ਹਾਂਜੀ ਹਾਂਜੀ ਹਾਂਜੀ, ਗਰੀਬਾਂ ਕਰਕੇ ਸੁਣੀ ਜਾਂਦੀ, ਅਮੀਰ ਹੁੰਦੇ ਤਾਂ ਗਰੀਬਾਂ ਗਰੀਬ ਜੇ ਅਮੀਰ ਹੁੰਦੇ ਤਾਂ ਇਹਨਾਂ ਨੇ ਹੱਥ ਕੋਲ ਘਰ ਜਾ ਕੇ ਪੈਸੇ ਦੇ ਕੇ ਆਉਣੇ ਸੀਗੇ, ਤਾਂ ਹੀ ਤਾਂ ਕਿਹਾ ਗਰੀਬ, ਅੱਜ ਤੱਕ ਸਾਰੀ ਦੁਨੀਆ ਆ ਜਿਹੜਾ ਸਾਰੇ ਨੇ ਇਹਨਾਂ 'ਚੋਂ, ਮੈਂ ਕਹਿੰਦਾ ਕੋਈ ਆਪਣੇ ਸਾਰਾ ਭੈਣ ਭਰਾ ਸਾਰੇ ਆਪਣੇ ਸਾਂਝੇ ਪਰਿਵਾਰ ਜਾਂ ਮਾਵਾਂ ਨੇ, ਠੀਕ ਹੈ ਜੀ, ਅੱਜ ਤੱਕ ਸਾਂਝਾ ਪਰਿਵਾਰ ਆ ਕਿਸਮ ਦਾ ਕੋਈ ਵੀ, ਅੱਜ ਮੈਂ ਕਹਿੰਦਾ ਕਿਸੇ ਦੀ ਵਿਚਾਰੇ ਸਭ ਨੇ ਦਿਹਾੜੀ ਦੱਪੇ ਵਾਲੇ ਨੇ, ਦਿਹਾੜੀਆਂ ਕਰ ਕਰਕੇ ਪੈਸੇ ਜਮ੍ਹਾਂ ਤਾਂ ਕਰੇ ਨੇ ਜੀ, ਅਤੇ ਕਰੇ ਵੀ ਇਹਦੇ ਵਾਸਤੇ ਵੀ ਗਾਂਹ ਅਗਲਾ ਕਹਿੰਦਾ ਸਾਡਾ ਭਵਿੱਖ ਬਣ ਜਾਵੇ, ਸਾਡਾ ਬੱਚਿਆਂ ਦਾ ਭਵਿੱਖ ਬਣ ਜਾਵੇ। ਹੁਣ ਪਸੀਨੇ ਦੀ ਕਮਾਈ ਵੀ ਨਹੀਂ ਮੁੜੀ ਜਿਹੜੀ ਜਮ੍ਹਾਂ ਕਰਵਾਈ ਸੀ? ਨਹੀਂ ਮੁੜੀ ਜੀ, ਨਹੀਂ ਮੁੜੀ। ਪਰਮਜੀਤ ਜੀ, ਤੁਹਾਡੇ ਕਿੰਨੇ ਪੈਸੇ ਲੱਗੇ ਹੋਏ ਨੇ? ਦੇਖੋ ਜੀ, ਮੇਰੇ ਪਿਤਾ ਸਰਦਾਰ ਗੁਰਮੁਖ ਸਿੰਘ ਜੀ ਨੇ ਮਾਛੀਵਾੜਾ ਸਾਹਿਬ ਮਤਲਬ ਪਿਆਰਾ ਸਿੰਘ ਏਜੰਟ ਸੀਗੇ, ਡੀਲਰ ਸੀ, ਉਹਨਾਂ ਨੂੰ ਦੇ ਥਰੂ ਮਤਲਬ 5 ਸਾਲ 1,000 ਰੁਪਇਆ ਮਹੀਨਾ ਦੇਣਾ, 60,000 ਰੁਪਇਆ ਅਸੀਂ ਜਮ੍ਹਾਂ ਕਰਾਇਆ ਸੀ ਅਤੇ ਸਾਨੂੰ 1,00,000 ਰੁਪਇਆ ਮਿਲਣਾ ਸੀ, ਅਤੇ ਹੁਣ ਤਾਂ ਪਿਆਰਾ ਸਿੰਘ ਦੀ ਮੌਤ ਹੋ ਗਈ ਹੈ ਜੀ, ਅਤੇ ਸਾਨੂੰ ਅੱਜ ਤੱਕ ਘੱਟੋ ਘੱਟ 10 ਸਾਲ ਹੋ ਚੁੱਕੇ ਨੇ ਜੀ, ਕੋਈ ਪੈਸਾ ਨਹੀਂ ਆਇਆ, ਸਾਡੀਆਂ ਸਿੱਧਾ ਮਤਲਬ ਸਾਡੇ ਇੱਥੇ ਏਜੰਟ ਉਹਨੇ ਜਮ੍ਹਾਂ ਕਰਾ ਕੇ ਕਹਿੰਦੇ ਮਹਿੰਦਰ ਸਿੰਘ ਮਹਿੰਦਰਪਾਲ ਸਿੰਘ ਦਾਨਪੁਰ ਉਹਨਾਂ ਕੋਲ ਜਮ੍ਹਾਂ ਨੇ, ਅਤੇ ਅਸੀਂ ਹੁਣ ਇਹੀ ਉਮੀਦ ਕਰਦੇ ਹਾਂ ਅਸੀਂ ਜਿਵੇਂ ਕਿ ਸਰਕਾਰ ਕਹਿੰਦੀ ਹੈ ਵੀ ਆਪਣੇ ਮਾਨ ਸਾਹਿਬ ਕਹਿੰਦੇ ਨੇ ਵੀ ਤੁਹਾਨੂੰ ਭਾਈ ਥੋੜ੍ਹਾ ਇੱਕ ਪੈਸਾ ਮਿਲੂਗਾ, ਅਤੇ ਅਸੀਂ ਇਹੀ ਮਾਨ ਸਾਹਿਬ ਅੱਗੇ ਭਰੋਸਾ ਦਿੰਦੇ ਹਾਂ ਵੀ ਸਾਨੂੰ ਉਹਨਾਂ 'ਤੇ ਆਸ ਹੈਗੀ ਹੈ ਵੀ ਹਾਂ ਹੋ ਜਾਏਗਾ, ਮਿਲ ਜਾਣਗੇ। ਹਾਂਜੀ ਹਾਂ, ਸਾਨੂੰ ਅਸੀਂ ਆਸ ਰੱਖਦੇ ਹਾਂ ਵੀ ਤੁਹਾਡਾ ਪੈਸਾ, ਸਾਡਾ ਪੈਸਾ ਕਿਤੇ ਨਹੀਂ ਜਾਂਦਾ, ਚਲੋ ਲੇਟ ਹੋ ਸਕਦਾ ਪਰ ਹਜੇ ਤੱਕ ਆਇਆ ਨਹੀਂ, ਜਿੰਨੇ ਵੀ ਹੈਗੇ ਸਾਰੇ ਲੋਕ ਸਾਡੇ ਏਰੀਏ ਦੇ ਜੀ, ਮਛੀਵਾੜਾ ਸਾਹਿਬ ਸਾਡਾ ਏਰੀਆ ਆ, ਗਰੀਬ ਆ, ਠੀਕ ਨੇ ਜੀ, ਅਤੇ ਇਸ ਕਰਕੇ ਜੀ ਅਸੀਂ ਫਿਰ ਮਾਨ ਸਾਹਿਬ ਅੱਗੇ ਬੇਨਤੀ ਰੱਖਦੇ ਹਾਂ ਵੀ ਸਾਡਾ ਪੈਸਾ ਜਿਹੜਾ ਵੀ ਜਿੰਨੇ ਵੀ ਪਰਲ ਵਿੱਚ ਪੈਸਾ ਆਇਆ ਲੋਕਾਂ ਦਾ, ਉਹ ਪੈਸਾ ਜੀ 50-50 ਸਮੇਤ ਉਹਨਾਂ ਦੇ ਵਾਪਸ ਹੋਣਾ ਚਾਹੀਦਾ ਆ। ਧੰਨਵਾਦ, ਮੈਂ ABP ਨਿਊਜ਼ ਚੈਨਲ ਦਾ ਵੀ ਧੰਨਵਾਦ ਕਰਦਾ ਜਿਹੜੇ ਸਾਡੇ ਕੋਲ ਪਹੁੰਚੇ ਆ ਜੀ, ਸਾਡੀ ਆਵਾਜ਼ ਉਹਨਾਂ ਤੱਕ ਪਹੁੰਚਾਉਣਗੇ ਜੀ, ਅਸੀਂ ਵਿਸ਼ਵਾਸ ਕਰਦੇ, ਧੰਨਵਾਦ। ਅੱਛਾ, ਜਿਵੇਂ ਖਾਸ ਤੌਰ ਦੇ ਉੱਤੇ ਜ਼ਿਕਰ ਮਾਤਾਵਾਂ ਦਾ ਕਰਦੇ ਹਾਂ, ਮਾਤਾ ਜੀ ਤੁਹਾਡਾ ਨਾਮ ਕੀ ਹੈ? ਅੱਛਾ ਦੇਬੋ, ਇਹ ਜਿਹੜੀ ਪਾਲਿਸੀ ਹੈ ਤੁਸੀਂ ਕਦੋਂ ਕਰਵਾਈ ਸੀ, ਇਨਵੈਸਟ ਪੈਸੇ ਕਦੋਂ? ਪੜ੍ਹੀ ਹੋਈ ਨਹੀਂ ਮੇਰਾ ਹੁਣ, ਮੈਂ ਪੜ੍ਹੀ ਹੋਈ ਨਹੀਂ ਹੈਗੀ। ਹਾਂ, ਪੈਸੇ ਤੁਸੀਂ ਜਮ੍ਹਾਂ ਕਰਵਾਏ ਸੀ? ਹਾਂ ਜੀ, ਇੱਕ ਮੇਰੇ ਬੰਦੇ ਦਾ ਇੱਕ ਆਹ ਆ, ਅਸੀਂ ਬਾਂਡ ਵੱਟ ਕੇ ਆਪਣੇ ਪੈਸੇ ਜਮ੍ਹਾਂ ਕੀਤੇ ਹੋਏ ਆ, ਅਸੀਂ ਕਹਿੰਦੇ ਚਲੋ ਕਿਸੇ ਟਾਈਮ ਨੂੰ ਅਸੀਂ ਬਿਮਾਰ ਹੋਵਾਂਗੇ ਸਾਡਾ ਕੰਮ ਆ ਜੂਗੇ, ਹੋਰ ਅਸੀਂ ਆਪਣੇ ਦੁੱਖ ਲਈ ਕੀਤੇ ਆ, ਦਿਹਾੜੀ ਕਰਦੇ ਪੁੱਤ ਦਿਹਾੜੀ ਕਰਦੇ, ਕੀ ਆਪਣੇ ਸਾਨੂੰ ਸਮਝਾਂ ਕੱਖ ਲਾਉਣ ਤਾਂ ਆਪਣੇ ਬੱਚਿਆਂ ਨੇ ਕੀ ਕਰਾਂ,
ਜਾਨੀ ਸਾਡੇ ਪੈਸੇ ਮਿਲਣੇ ਚਾਹੀਦੇ ਆ। ਅਸੀਂ ਦਿੱਲੀ ਦੇ ਵਿੱਚ ਵੀ ਧਰਨਾ ਲਾਇਆ, ਤੁਗਲਕ ਥਾਣੇ ਦੇ ਵਿੱਚ ਗ੍ਰਿਫਤਾਰੀਆਂ ਦੇ ਕੇ ਆਏ, ਯੰਤਰ ਮੰਤਰ 'ਤੇ ਧਰਨਾ ਲਾ ਕੇ ਆਇਆ, ਲੁਧਿਆਣੇ ਰੇਲਵੇ ਸਟੇਸ਼ਨ 'ਤੇ 4.5 ਘੰਟੇ ਜੂਨ ਦੇ ਮਹੀਨੇ ਦੇ ਵਿੱਚ ਰੇਲ ਗੱਡੀਆਂ ਰੋਕੀਆਂ। ਰੇਲ ਗੱਡੀ ਰੋਕਣੀ ਇੱਕ ਔਖੀ ਹੈ। ਪ੍ਰਧਾਨ ਜੀ ਦੇ ਨਾਲ 18-20 ਹਜ਼ਾਰ ਜਨਾਨੀ ਬੰਦੇ ਦਾ ਇਕੱਠ ਹੁੰਦਾ। ਪ੍ਰਧਾਨ ਜੀ ਸਾਡੇ ਮਹਿੰਦਰਪਾਲ ਸਿੰਘ ਬਹੁਤ ਚੰਗੇ ਬੰਦੇ ਹੈ ਜੀ, ਅਤੇ ਉਹ ਪ੍ਰਧਾਨ ਜੀ ਤਾਂ ਕਹਿੰਦੇ ਹੈ ਇਹ ਗੁਰੂਆਂ ਨਗਰਾਂ ਦੀ ਧਰਤੀ, ਗੁਰੂਆਂ ਪੀਰਾਂ ਦੀ ਧਰਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 7 ਜੀ ਵਾਰ ਕੇ ਭਾਣਾ ਮਿੱਠਾ ਲਾਗੇ ਤੇਰਾ, ਅਤੇ ਇੱਕ ਜੀ ਇੱਕ ਮਰਵਾਉਣਾ ਔਖਾ ਹੈ। ਉਹਨੇ ਆਪਣੇ 7 ਜੀ ਮਰਵਾ ਤੇ, ਪਿਤਾ ਵਾਰਿਆ, ਪੁੱਤਰ ਵਾਰੇ, ਅਤੇ ਮਤਲਬ ਤਾਂ ਤੁਸੀਂ ਲੋਕ ਫਿਰ ਪਿੱਛੇ ਘਰਾਂ ਵਿੱਚ ਪੈਸਾ ਜਮ੍ਹਾਂ ਕਰਾ ਤਾ, ਘਰਾਂ ਦੇ ਵਿੱਚ ਬੈਠੇ ਹੈ, ਬਾਹਰ ਨਿਕਲੋ ਭਾਈ, 1-1-2-11 ਹੋ ਜਾਣਗੇ, ਪੈਸਾ ਮਿਲੂਗਾ। ਇਹ ਭਗਵੰਤ ਮਾਨ ਜੀ ਹੈ, ਬਹੁਤ ਚੰਗੇ ਬੰਦੇ। ਭਗਵੰਤ ਮਾਨ ਜੀ ਮਿਨਿਸਟਰ ਸਾਹਿਬ ਨੇ ਕਿਹਾ ਵੀ ਮੈਂ ਪੈਸਾ ਭਰ ਦਵਾਊਂਗਾ ਪੈਸੇ, ਚਲੋ ਇਹੀ ਮਿਲ ਕਰ ਦੇਣ, ਸਾਡੇ ਪੈਸੇ ਮਿਲ ਜਾਣ ਗਰੀਬਾਂ ਦੇ, ਅਤੇ ਮਤਲਬ ਮੋਦੀ ਸਾਹਿਬ ਪੈਸੇ ਦਵਾ ਦੇਣ ਸਾਡੇ ਗਰੀਬਾਂ ਦੇ। ਜੇ ਇਹਨਾਂ ਦੇ ਕੋਲ ਤਾਂ ਨਹੀਂ, ਉਹਨਾਂ ਦੀਆਂ ਜ਼ਮੀਨਾਂ ਵਿਕਦੀਆਂ ਹੈਗੀਆਂ, ਜਿਹੜੇ ਜਿਹੜੇ ਸਾਡੇ ਪੈਸੇ ਹੈ, ਸਾਡੇ ਪੈਸੇ ਮਿਲ ਪੈਸਿਆਂ ਪਿੱਛੇ ਜ਼ਮੀਨ ਦੇ ਦੇਣ। ਇਹਨਾਂ ਦੀ ਇਸ ਇਲਾਕੇ ਵਿੱਚ ਜ਼ਮੀਨ ਬਹੁਤ ਜ਼ਿਆਦਾ ਹੈ ਜੀ, ਕਿਸੇ ਤਰੀਕੇ ਨਾਲ ਪੈਸੇ ਤੁਹਾਨੂੰ ਵਾਪਸ ਮਿਲਣੇ ਚਾਹੀਦੇ ਆ। ਹਾਂਜੀ, ਪੈਸੇ ਮਿਲ ਜਾਣ ਜਾਂ ਸਾਨੂੰ ਜੀ ਜ਼ਮੀਨ ਮਿਲ ਜਾਵੇ। ਇਹਨਾਂ ਦੀ ਇਸ ਇਲਾਕੇ ਦੇ ਵਿੱਚ ਜ਼ਮੀਨਾਂ ਬਹੁਤ ਹੈ ਜੀ, ਇਹ ਸਾਡੇ ਵੇਲੇ ਦੇ ਕੋਲ 18 ਪਿੰਡ ਦੀਆਂ ਰਹਿਣੇ ਹੋਏ, ਇਹਨੇ ਡਰਾਮਾ ਬਣਾਇਆ ਹੋਇਆ, ਜਿਹੜੀਆਂ ਪਾਰਲ ਦੀਆਂ ਜ਼ਮੀਨਾਂ ਦਾ ਠੇਕਾ ਲੈ ਕੇ ਘਰ ਰੱਖੀ ਜਾਂਦੇ ਹਾਂ, ਉਹ ਨਹੀਂ ਕਿਸੇ ਨੂੰ ਪੈਸਾ ਦੇ ਰਹੇ ਹੈਗੇ। ਲੋਕ ਤਾਂ 100 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਹੈ, ਅਸੀਂ ਤਾਂ ਫਿਰ ਸਬਰ ਕਰੇ ਹੋਏ ਹਾਂ ਜੀ, ਮੇਰੀ ਘਰਦੀ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੈ, ਅਤੇ ਮੁੰਡਾ ਦਾ ਮੇਰੇ ਦਾ ਭਵਿੱਖ ਉਹ ਖੂਹ ਦੇ ਵਿੱਚ ਗਿਆ, ਸਾਰੀ ਲਹੂ ਪਸੀਨੇ ਦੀ ਕਮਾਈ, 20 ਲੱਖ ਰੁਪਇਆ ਚੋਰੀ ਹੋਈ ਸੀ ਤਾਂ ਹੋਇਆ। ਅਸੀਂ ਤਾਂ ਫਿਰ ਹੁਣ ਇਹੀ ਕਹਿੰਦੇ ਹਾਂ ਵੀ ਹੁਣ ਜਾਂ SSP ਸਾਹਿਬ ਦੇ ਦਰਖਾਸਤ ਦੇ ਦਈਏ, ਜਿਨ੍ਹਾਂ ਨੇ ਏਜੰਟਾਂ ਨੇ ਸਾਨੂੰ ਫਸਾਇਆ। DIG ਸੀ ਸਤਿੰਦਰਜੀਤ ਜੈਨ, ਉਹ ਕਹਿਣ ਲੱਗੇ ਕਹਿੰਦੇ ਵੀ ਤੁਸੀਂ ਉਹ ਕਰੋ ਅਤੇ ਦਰਖਾਸਤ ਦਿਓ ਤਾਂ ਤੁਹਾਨੂੰ ਪੈਸੇ ਮਿਲਣਗੇ, ਨਹੀਂ ਇਹਨਾਂ ਦੇ ਏਜੰਟ ਆਪੇ ਹੋਣਗੇ ਸਿੱਧੇ, ਏਜੰਟ ਸਾਡੇ ਨਾਲ ਤੁਰਦੇ ਵੀ ਹੈ ਨਹੀਂ। ਕਿੰਨੇ ਪੈਸੇ ਜਮ੍ਹਾਂ ਕਰਵਾਏ ਸੀ ਇਹ ਜੀ? ਅਸੀਂ 2013 'ਚ ਕੀਤਾ ਸ਼ੁਰੂ, ਫਿਰ ਅਸੀਂ ਬੰਦ ਕਰਤੀ ਜੀ, ਅਤੇ ਬਾਕੀ ਹੁਣ ਤੁਸੀਂ ਹਿਸਾਬ ਲਾ ਲਓ ਵੀ 2013 'ਚ ਕੰਮ ਕੀ ਕਰਦਾ ਪਰਿਵਾਰ? ਕੰਮ ਤਾਂ ਜੀ ਆਹੀ ਦਿਹਾੜੀ ਦੱਪਾ ਹੀ ਆ, ਦਿਹਾੜੀ ਦੱਪਾ ਕਰਦੇ ਹਾਂਜੀ। ਸੋ ਖਾਸ ਤੌਰ ਦੇ ਉੱਤੇ ਪੰਜਾਬ ਦੇ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੇ ਆਪਣੀ ਮਿਹਨਤ ਮੁਸ਼ੱਕਤ ਦਾ ਪੈਸਾ ਪਾਈ ਪਾਈ ਜੋੜੀ, ਦਿਹਾੜੀਆਂ ਕਰ ਪੈਸਾ ਜੋੜਿਆ ਅਤੇ ਆਪਣੇ ਭਵਿੱਖ ਦੇ ਲਈ ਉਹ ਪੈਸੇ ਨੂੰ ਪਰਲ ਗਰੁੱਪ ਦੇ ਵਿੱਚ ਜਮ੍ਹਾਂ ਕਰਵਾਇਆ ਸੀ। ਪਰ ਅੱਜ ਉਮੀਦ ਹੈ ਕਿ ਕਈ ਸਾਲ ਬੇਸ਼ੱਕ ਬੀਤ ਚੁੱਕੇ ਨੇ, ਸਰਕਾਰਾਂ ਕਈ ਬਦਲ ਚੁੱਕੀਆਂ ਨੇ, ਪਰ ਸੂਬੇ 'ਚ ਜਦੋਂ ਬਦਲਾਅ ਦਾ ਜ਼ਿਕਰ ਆਉਂਦਾ ਹੈ ਤਾਂ ਸਰਕਾਰ ਬਦਲੀ ਹੈ, ਇਹਨਾਂ ਲੋਕਾਂ ਦੇ ਹਾਲਾਤ ਵੀ ਬਦਲਣਗੇ। ਇਹਨਾਂ ਲੋਕਾਂ ਦੀ ਜਿਹੜੀ ਪਾਈ ਪਾਈ ਜਮ੍ਹਾਂ ਕਰਵਾਈ ਆਪਣੇ ਭਵਿੱਖ ਦੇ ਲਈ ਕਿ ਉਹ ਵਾਪਸ ਆਏਗੀ, ਹਾਲਾਂਕਿ ਮੁੱਖ ਮੰਤਰੀ ਸਾਹਿਬ ਨੇ 20-25 ਦਿਨਾਂ ਦਾ ਸਮਾਂ ਦਿੱਤਾ ਸੀ ਪ੍ਰੋਪਰਟੀ ਐਕਵਾਇਰ ਕਰਨ ਨੂੰ, ਪਰ ਅਜੇ ਤੱਕ ਕਾਰਵਾਈ ਕਿਉਂ ਨਹੀਂ, ਇਹ ਸਵਾਲ ਵੀ ਨੇ। ਅਤੇ ਇਹਨਾਂ ਲੋਕਾਂ ਦੀ ਉਮੀਦ ਹੈ ਕਿ ਸੂਬੇ ਦੀ ਮਾਣ ਸਰਕਾਰ ਇਹਨਾਂ ਦਾ ਪੈਸਾ ਵਿਆਜ ਸਮੇਤ ਵਾਪਸ ਦਵਾਏਗੀ। ਕੈਮਰਾਮੈਨ ਵੇਦ ਰਾਮ ਦੇ ਨਾਲ ਅਮਨਦੀਪ ਸਿੰਘ, ABP ਸਾਂਝਾ, ਸਮਰਾਲਾ।